ਕੋਰੋਨਾ ਮਹਾਮਾਰੀ ਤੋਂ ਬਾਅਦ ਜਿੱਥੇ ਦੇਸ਼ ਪੂਰੀ ਬੇਰੁਜ਼ਗਾਰੀ ਨਾਲ ਜੂਝ ਰਿਹਾ ਵਾ, ਉੱਥੇ ਮੋਹਾਲੀ ਦੇ ਕੁਝ ਫੇਕ ਠੱਗ ਇਮੀਗ੍ਰੇਸ਼ਨ ਕੰਪਨੀਆਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀਆਂ ਨੇ। ਇਸ ਨੂੰ ਲੈ ਕੇ ਥਾਣਾ ਫੇਸ 1 ਦੇ SHO ਮਨਫੂਲ ਸਿੰਘ ਜੀ ਦੁਆਰਾ ਕਈ ਕੰਪਨੀਆਂ ਦੇ ਉੱਤੇ ਪਰਚੇ ਦਰਜ ਕੀਤੇ ਗਏ ਨੇ। ਜਾਣਦੇ ਹਾਂ ਕੀ ਹੈ ਮਾਮਲਾ ਔਰ ਕਿਸ ਤਰੀਕੇ ਦੀ ਮੁਹਿੰਮ ਜਿਹੜੀ ਉਹ ਜਾਰੀ ਰੱਖਣਗੇ। ਹਾਂਜੀ ਸਪੈਕਟਰ ਸਾਹਿਬ, ਕਿੰਨੇ ਤੁਸੀਂ ਪਰਚੇ ਦਰਜ ਕੀਤੇ ਹੁਣ? ਜੀ ਆਪਣੇ 3 ਮੁਕੱਦਮੇ ਇਮੀਗ੍ਰੇਸ਼ਨ ਐਕਟ ਦੇ ਦਰਜ ਕੀਤੇ ਗਏ ਹੈ ਜੀ। ਤੇ ਅਸੀਂ ਦੇਖ ਰਹੇ ਹਾਂ ਵੀ ਜਿਸ ਤਰ੍ਹਾਂ ਵੀ ਆਪਣੇ ਕੋਈ ਇੱਥੇ ਮੋਹਾਲੀ ਦੇ ਵਿੱਚ ਫੇਕ ਇਮੀਗ੍ਰੇਸ਼ਨ ਦਫ਼ਤਰ ਖੁੱਲ੍ਹੇ ਹੋਏ ਆ ਜਾਂ ਉਹ, ਉਸ ਵਾਸਤੇ ਸਾਡੇ SSP ਸਾਹਿਬ ਚਹਿਲ ਸਾਹਿਬ ਨੇ ਜੋ ਮੁਹਿੰਮ ਚਲਾਈ ਗਈ ਹੈ ਉਸ ਦੇ ਤਹਿਤ ਅਸੀਂ ਆਪਣੀ ਵੱਖਰੀ ਟੀਮ ਬਣਾ ਕੇ ਸਾਰੇ ਪ੍ਰੋਪਰ ਜਿੰਨੇ ਵੀ ਇਮੀਗ੍ਰੇਸ਼ਨ ਦਫ਼ਤਰ ਆ ਉਹਨਾਂ ਦੀ ਚੈਕਿੰਗ ਕਰ ਰਹੇ ਹਾਂ ਅਤੇ ਦੇਖ ਰਹੇ ਹਾਂ ਜਿਨ੍ਹਾਂ ਦੇ ਕੋਲ ਲਾਇਸੈਂਸ ਹੈ ਨਹੀਂ, ਜੋ ਵੀ ਭੋਲੇ ਭਾਲੇ ਲੋਕਾਂ ਨੂੰ ਆਪਣੇ ਠੱਗੀ ਦਾ ਸ਼ਿਕਾਰ ਬਣਾ ਰਹੇ ਆ ਜਾਂ ਭੋਲੇ ਭਾਲੇ ਲੋਕਾਂ ਨੂੰ ਠੱਗੀਆਂ ਮਾਰਦੇ ਹਨ, ਉਹਨਾਂ ਨੂੰ ਕਿਸੇ ਨੂੰ ਵੀ ਸਪੇਅਰ ਨਹੀਂ ਕੀਤਾ ਜਾਊਗਾ, ਸਾਰਿਆਂ ਨੂੰ ਆਪਣੇ ਪਰਚਾ ਦਰਜ ਕਰਕੇ ਜੇਲ੍ਹ ਭੇਜਿਆ ਜਾਊਗਾ। ਸਰ ਇੱਕ ਚੀਜ਼ ਦੇਖਣ ਨੂੰ ਆਈ ਆ, ਕਿਉਂਕਿ ਕੁਝ ਕੰਪਨੀਆਂ ਕੋਲ ਤਾਂ ਲਾਇਸੈਂਸ ਹੈਗੇ ਆ, ਹੁਣ ਜਦੋਂ ਲੋਕਡਾਊਨ ਤੋਂ ਬਾਅਦ ਜਦੋਂ ਕੰਪਨੀ ਆਫਿਸ ਜਿਹੜੇ ਓਪਨ ਹੋਏ ਆ, ਕਿ ਤੁਹਾਡੇ ਵੱਲੋਂ ਹੁਣ ਇੱਕ ਜਿਹੜੀ ਪੂਰੀ ਤੁਸੀਂ ਮੁਸ਼ਤੈਦੀ ਨਾਲ ਬਿਲਕੁਲ ਇਕੱਲੇ ਇਕੱਲੇ ਸ਼ੋਰੂਮ 'ਤੇ ਜਾ ਕੇ ਜਾਂਚ ਕਰ ਰਹੇ ਹੋ, ਔਰ ਅਗਰ ਕੋਈ ਠੱਗ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦੀ ਠੱਗੀ ਮਾਰਦਾ ਪਾਇਆ ਜਾਂਦਾ ਵਾ, ਕੋਈ ਕੰਪਲੇਟਡ ਆ ਉਹਦੇ ਨਾਲ ਠੱਗੀ ਹੋਈ ਆ, ਉਸ ਨੂੰ ਕੀ ਅਪੀਲ ਕਰਨਾ ਚਾਹੁੰਦੇ? ਮੈਂ ਸਾਰਿਆਂ ਨੂੰ ਅਪੀਲ ਕਰਦਾ ਜੇ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਆ ਤਾਂ ਸਾਡੇ ਸੀਨੀਅਰ ਅਫਸਰਾਂ ਨੂੰ ਆਪਣੇ ਮਿਲੇ, ਅਤੇ ਜੇ ਕੋਈ ਇਸ ਤਰ੍ਹਾਂ ਦੀ ਕੋਈ ਆਪਣੇ ਕੋਈ ਹੈਕ ਘਟਨਾ ਕਿਸੇ ਨਾਲ ਵਾਪਰੀ ਹੈ ਤਾਂ ਮੇਰੇ ਨਾਲ ਵੀ ਸੰਪਰਕ ਕਰ ਸਕਦਾ। ਅਸੀਂ ਇਮੀਗ੍ਰੇਸ਼ਨ ਦੇ ਨਾਂ 'ਤੇ ਜੋ ਵੀ ਆਪਣੇ ਇਮੀਗ੍ਰੇਸ਼ਨ ਦਫ਼ਤਰ ਵਾਲੇ ਜਿਸ ਤਰ੍ਹਾਂ ਕਿ ਆਪਣੇ ਲਾਇਸੈਂਸ ਉਹਨਾਂ ਦਾ ਸਟੱਡੀ ਵੀਜ਼ੇ ਵਾਸਤੇ ਹੈ ਅਤੇ ਉਹ ਆਪਣੇ ਜਿਹੜੀ ਆਪਣੇ ਐਡ ਦਿੰਦੇ ਆ ਉਹ ਦੇਣ ਦੇ ਵਰਕ ਪਰਮਿਟ ਵਾਸਤੇ ਵੀ ਅਸੀਂ 20 ਸਾਲ ਤੋਂ ਬੈਠੇ ਹਾਂ, ਅਸੀਂ ਇਸ ਨੂੰ ਸਾਰਾ ਪ੍ਰੋਪਰ ਤੌਰ 'ਤੇ ਘੋਖਿਆ ਜਾ ਰਿਹਾ ਹੈ। ਜੋ ਵੀ ਕੋਈ ਇਸ ਦੇ ਵਿੱਚ ਦੋਸ਼ੀ ਪਾਇਆ ਗਿਆ ਉਸ 'ਤੇ ਕਾਨੂੰਨੀ ਕਾਰਵਾਈ ਕਰਕੇ ਅੰਦਰ ਬੰਦ ਕੀਤਾ ਜਾਊਗਾ। ਸਰ ਦੇਖਿਆ ਜਾਵੇ ਤਾਂ ਜਿਵੇਂ ਕੁਝ ਐਡ ਦਿੰਦੇ ਆ ਮਤਲਬ ਸੋਸ਼ਲ ਮੀਡੀਆ 'ਤੇ, ਉਸਦੀ ਵੀ ਨਜ਼ਰ ਰੱਖੀ ਜਾ ਰਹੀ ਜਿਹੜੀ ਫੇਕ ਵਰਕ ਪਰਮਿਟ ਨੂੰ ਲੈ ਕੇ ਜਿਹੜੇ ਸੋਸ਼ਲ ਮੀਡੀਆ 'ਤੇ ਐਡ ਦੇ ਕੇ ਗਲਤ ਡਰੈਸ ਦੇ ਕੇ ਗੁੰਮਰਾਹ ਕਰਦੇ ਆ? ਹਾਂਜੀ, ਉਹਨਾਂ ਦੇ ਵੀ ਆਪਣੀ ਆਪਣੀ ਨਿਗਾਹ ਰੱਖੀ ਜਾ ਰਹੀ ਹੈ ਵੀ ਜੋ ਆਪਣੇ ਐਡ ਦਿੰਦੇ ਆ ਵੀ ਸਾਡੇ ਕੋਲ ਆਹ ਚੀਜ਼ ਆ ਅਸੀਂ ਮਤਲਬ ਵਰਕ ਪਰਮਿਟ 'ਤੇ ਭੇਜਦੇ ਹਾਂ ਇਸ ਤਰ੍ਹਾਂ ਕਰਦੇ, ਉਹਨਾਂ 'ਤੇ ਸਪੈਸ਼ਲ ਨਿਗਾਹ ਰੱਖੀ ਜਾ ਰਹੀ ਹੈ। ਤਾਂ ਪਰਚੇ ਕਿੰਨੇ ਦਿੱਤੇ ਆ ਹੁਣ ਤੱਕ? ਹੁਣ ਜਿਹੜੇ ਅਸੀਂ ਆਪਣੇ 2 ਦਿਨਾਂ ਦੇ ਵਿੱਚ 3 ਪਰਚੇ ਇਮੀਗ੍ਰੇਸ਼ਨ ਵਾਲੇ ਆਪਣੇ 3 ਪਰਚੇ ਦਰਜ ਕੀਤੇ ਜੀ। ਕਿਹੜੀ ਕਿਹੜੀ ਕੰਪਨੀ ਦੇ? ਇੱਕ ਤਾਂ ਦੀ ਰਾਈਟ ਵੇ ਫੇਜ਼ 2 ਮੋਹਾਲੀ ਜੀ, ਦੂਸਰੀ ਦੀ ਵੈਸਟ ਵੀਜ਼ਾ ਕੰਸਲਟੈਂਸੀ, ਇਹਨਾਂ 'ਤੇ ਪਹਿਲਾਂ ਵੀ ਮੁਕੱਦਮੇ ਦਰਜ ਆ, ਤੀਸਰਾ ਜਿਹੜੀ ਆਪਣੇ ਹੈਗੀ ਆ ਇੰਟਰਨੈਸ਼ਨਲ ਐਜੂਕੇਸ਼ਨ ਕੰਸਲਟੈਂਸੀ ਜੋ ਕਿ ਬਲਜਿੰਦਰ ਸਿੰਘ ਸੰਧੂ ਇਸਦੇ ਹੈਗੇ ਆ, ਏਕਮ ਸੰਧੂ, ਇਹਨਾਂ ਦੇ ਉੱਤੇ ਵੀ ਪਹਿਲਾਂ ਵੀ ਮੁਕੱਦਮਾ ਦਰਜ। ਹੁਣ ਗ੍ਰਿਫਤਾਰੀ ਲਈ ਕਿ ਟੀਮਾਂ ਜਾ ਚੁੱਕੀਆਂ? ਹਾਂਜੀ, ਟੀਮਾਂ ਜਾ ਚੁੱਕੀਆਂ। ਤਾਂ ਤੁਸੀਂ ਦੇਖੋ ਵੀ ਜਿਹੜੀਆਂ ਕੰਪਨੀਆਂ ਇੰਸਟਾਗ੍ਰਾਮ ਫੇਸਬੁੱਕ ਦੇ ਉੱਤੇ ਇਸ਼ਤਿਹਾਰ ਦੇ ਕੇ ਭੋਲੇ ਭੋਲੇ ਲੋਕਾਂ ਨੂੰ ਆਪਣੇ ਠੱਗੀ ਦਾ ਸ਼ਿਕਾਰ ਬਣਾਉਂਦੇ ਨੇ ਕਿ ਸਾਡੇ ਕੋਲ ਵਰਕ ਪਰਮਿਟ ਹੈਗਾ, ਤੁਹਾਨੂੰ ਦੱਸਣਾ ਚਾਹਾਂਗਾ ਕਿ ਕੋਈ ਮੈਨ ਪਾਵਰ ਦਾ ਲਾਇਸੈਂਸ ਇਹਨਾਂ ਕੋਲ ਨਹੀਂ ਹੁੰਦਾ, ਸਿੰਪਲ ਕੰਸਲਟੈਂਸੀ ਦਾ ਲਾਇਸੈਂਸ ਹੁੰਦਾ ਵਾ, ਔਰ ਭੋਲੇ ਭੋਲੇ ਲੋਕਾਂ ਨੂੰ ਇਹ ਕਿਹਾ ਜਾਂਦਾ ਕਿ ਤੁਹਾਡੇ ਪੈਸੇ ਸੈਲਰੀ 'ਚੋਂ ਕੱਟੇ ਜਾਣਗੇ। ਹੁਣ ਇਹ ਵਧੀਆ ਮੁਹਿੰਮ ਆ ਮੋਹਾਲੀ ਦੇ SSP ਸ਼੍ਰੀ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ ਹੈਗੇ ਆ ਵੀ ਇਹੋ ਜਿਹੇ ਕਿਸੇ ਵੀ ਠੱਗ ਨੂੰ ਸਪੇਅਰ ਨਾ ਕੀਤਾ ਜਾਵੇ, ਨਾ ਬਖਸ਼ਿਆ ਜਾਵੇ। ਇਸੇ ਲੜੀ ਦੇ ਤਹਿਤ ਥਾਣਾ ਫੇਕ ਦੇ 1 ਦੇ SHO ਇੰਸਪੈਕਟਰ ਮਨਫੂਲ ਸਿੰਘ ਜੀ ਦੁਆਰਾ ਕੱਲ 1 ਦਿਨ ਦੇ ਅੰਦਰ ਅੰਦਰ 3 ਕੰਪਨੀ ਦੇ ਉੱਤੇ ਪਰਚੇ ਦੇ ਦਿੱਤੇ ਗਏ ਨੇ, ਔਰ ਹੋਰ ਵੀ ਜਿਹੜੀਆਂ ਫੇਕ ਕੰਪਨੀਆਂ ਜਿਹੜੀਆਂ ਚੱਲ ਰਹੀਆਂ ਨੇ ਜਿਹੜੇ ਲੋਕਾਂ ਨੂੰ ਬੇਰੁਜ਼ਗਾਰ ਨੌਜਵਾਨਾਂ ਨੂੰ ਇਹ ਕਹਿੰਦੇ ਨੇ ਕਿ ਤੁਹਾਨੂੰ ਅਸੀਂ ਕੈਨੇਡਾ ਜਾਂ ਦੂਜੇ ਅਮੈਰੀਕਾ ਜਾਂ ਯੂਰਪ ਦੀ ਕੰਟਰੀ ਦੇ ਵਿੱਚ ਤੁਹਾਨੂੰ ਜੋਬ ਲਗਾ ਦਿੱਤੀ ਜਾਊਗੀ, ਇਹਨਾਂ ਦੇ ਉੱਤੇ ਸ਼ਿਕੰਜਾ ਕੱਸਦੇ ਹੋਏ ਸਖ਼ਤ ਸਖ਼ਤ ਕਾਰਵਾਈ ਦੇ ਜਿਹੜੇ ਆ ਉਹ ਆਪਣੇ ਹੁਕਮ ਜਿਹੜੇ ਜਾਰੀ ਕਰ ਦਿੱਤੇ ਗਏ ਨੇ, ਔਰ ਇਹਨਾਂ ਦੇ ਜਿਹੜੀ ਕਰਮਚਾਰੀ ਨੇ ਉਹ ਇਕੱਲੇ ਇਕੱਲੀ ਜਿਹੜੀ ਕੰਪਨੀ ਆ ਉਸਦਾ ਰਿਕਾਰਡ ਚੈੱਕ ਕਰ ਰਹੇ ਨੇ ਵੀ ਕੌਣ ਕਿੱਥੋਂ ਆ, ਕਿਹੜੀ ਕੰਪਨੀ ਕਿੱਥੇ ਆ। ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਜਿਹੜੇ ਠੱਗ ਕੰਪਨੀਆਂ ਵਾ ਉਹ ਆਪਣਾ ਬੋਰੀ ਬਿਸਤਰਾ ਬੋਲ ਕਰਕੇ ਇੱਥੋਂ ਦੀ ਥਾਣਾ ਫੇਸ ਐਕਟ ਦੀ ਜ਼ੂ ਦੇ ਵਿੱਚ ਜਿਹੜੇ ਬੈਠੇ ਹੋਏ ਨੇ ਉਹ ਭੱਜਦੇ ਆ ਕਿ ਨਹੀਂ। ਮੋਹਾਲੀ ਤੋਂ ਲਿਵਿੰਗ ਇੰਡੀਆ ਨਿਊਜ਼ ਲਈ ਸਤਿੰਦਰ ਸਤੀ ਦੇ ਨਾਲ ਜਤਿੰਦਰ ਸੱਭਰਵਾਲ, ਮੋਹਾਲੀ।